ਬਲਟੋਹਾ ਇਹ ਵੀ ਬਈ ਨਾ ਅਕਾਲੀ ਦਲ ਦੀ ਕੰਗੜਾ ਰਣਨੀਤੀ ਹੈਗੀ ਆ ਇਹ ਜਾਣ ਪੁੱਝ ਕੇ ਮਸਲੇ ਨੂੰ ਪੜਕਾਉਂਦੀ ਆ ਤੀਫੇ ਤੋਂ ਪਹਿਲਾਂ ਵੀ ਜਿਹੜੀਆਂ ਪੋਸਟਾਂ ਬਲਟੋਹੇ ਨੇ ਪਾਈਆਂ ਉਹ ਸ਼੍ਰੋਮਣੀ ਕਾਲ ਦਾ ਆਈਟੀ ਬਿੰਗ ਆ ਜਿਹੜਾ ਉਹ ਵਾਇਰਲ ਕਰ ਰਿਹਾ ਜੀ ਸਾਡੇ ਕਾਲ ਤਖਤ ਦੇ ਜਥੇਦਾਰਾਂ ਉੱਤੇ ਅਟੈਕ ਕੌਣ ਕਰ ਰਿਹਾ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ ਕਾਲ ਤਖਤ ਦਾ ਜਥੇਦਾਰ ਸਿੱਖ ਕੌਮ ਦੀ ਸੁਪਰੀਮ ਤਾਕਤ ਆ ਅੱਜ ਉਹਦੇ ਤੇ ਸਵਾਲ ਖੜੇ ਕਰ ਰਹੇ ਆ ਉਹ ਬੰਦੇ ਜਿਹੜੇ ਤਨਖਾਹੀਆਂ ਕਰਾਰ ਦਿੱਤੇ ਹੋਏ ਆ ਤੇ ਉਹ ਤਨਖਾਈੇ ਕਰਾਰ ਦਿੱਤੇ ਕਿ ਇਹ ਸਿਰਫ ਆਪਦੀ ਸਜ਼ਾ ਤੋਂ ਬਚਣਾ ਚਾਹੁੰਦੇ ਆ ਇਹੋ ਜਿਹੇ ਬੰਦੇ ਨੂੰ 10 ਸਾਲ ਲਈ ਮੈਂ ਕਹਣਾ ਸੁਖਵੀਰ ਬਾਦਲ ਨੂੰ ਉਮਰ ਭਰ ਵਾਸਤੇ ਕਾਲੀ ਦਲ ਦੇ ਵਿੱਚੋਂ ਜੋ ਸੇਖ ਦੇਣਾ ਇਹਨੀਆਂ ਲੋਥਾਂ ਨਿਉਹਾਂ 'ਚ ਦੇਣੀਆਂ ਪੈਣੀਆਂ ਕਾਲੀ ਦਲ ਦੇ ਜੇ ਕਾਲੀ ਦਲ ਨੂੰ ਗਿਆ ਜਿਉਂਦਾ ਕਰਨਾ ਤਾਂ ਰੀੜ ਦੀ ਹੱਡੀ ਵਾਲਾ ਜੇ ਕੋਈ ਸੀ ਕਹਿ ਸਕਦੇ ਆ ਬੰਦਾ ਹੈਗਾ ਤਾਂ ਉਹ ਕੀ ਮੈਂ ਕਹਣਾ ਦੰਦਮਨ ਸਾਹਿਬ ਤੇ ਜਥੇਰ ਹਰਪਜੀਤ ਸਿੰਘ ਹ ਬਲਟੋਹੇ ਨੂੰ ਸ਼ਰਮ ਨਹੀਂ ਆਉਂਦੀ ਬਲਟੋਹੇ ਹ ਇੱਕ ਗੱਲ ਕਹਿੰਦਾ ਕਹਿੰਦਾ ਵੀ ਆਰਐਸਐਸ ਤੇ ਬੀਜੇਪੀ ਦਾ ਬੰਦਾ ਹੈ ਮੈਂ ਕਹਣਾ ਇਹ ਉਹੀ ਬੰਦਾ ਜਿਹੜਾ ਜਨਵਰੀ 2022 ਦੇ ਵਿੱਚ ਇਲੈਕਸ਼ਨ ਤੋਂ ਪਹਿਲਾਂ ਇੱਕ ਕੱਟ ਕੀਤਾ ਜਾਂਦਾ ਉੱਤੇ ਅੰਮ੍ਰਿਤਸਰ ਦੇ ਵਿੱਚ ਜਿਹਦੇ ਚ ਕੱਲਾ ਬੰਦਾ ਲੜਕਰਕੇ ਬੋਲਦਾ ਕਿ ਸਾਨੂੰ ਕੀ ਇਹ ਬੀਜੇਪੀ ਤੇ ਆਰਐਸਐਸ ਮਾਰੂ। ਨਾ ਵੀ ਬਾਦਲੇ ਦਾ ਸਿੱਧੀ ਕਿ ਜਿਵੇਂ ਕਹਿੰਦੇ ਹੁੰਦੇ ਵੀ ਨਿਕਰ ਨਹੀਂ ਪਾਗੀਆਂ ਵੀ ਅਸੀਂ ਖਾਕੀ ਨਿਕਰਾਂ ਪਾਗੀਆਂ ਵੀ ਅਸੀਂ। ਇਹਦਾ ਸ਼ਰੇਆ ਵੀ ਤਿੰਨ ਵਾਰੀ ਰਾਜਪੋਗ ਭੋਗ ਕੇ ਗਏ ਆ। ਕਿਹਦੇ ਨਾਲ ਅਟੈਚ ਹੋ ਕੇ ਭੋਗ ਕੇ ਗਏ ਆ? ਇਹੀ ਆਰਐਸਐਸ ਨਾਲ ਇਹੀ ਬੀਜੇਪੀ ਨਾਲ। ਪਰ ਸੋ ਬਿਆਨ ਦਿੰਦਾ ਸੀ ਵੀ ਜੇ ਸੁਖਵੀਰ ਬਾਦਲ ਨੂੰ ਸਜ਼ਾ ਲਈ ਮੈਂ ਖੰਡਾ ਖੜਕਾਉਂਗਾ। ਪਹਿਲੀ ਗੱਲ ਤਾਂ ਲੋਕਾਂ ਨੇ ਖੰਡਾ ਨੇ ਹੱਥ ਚੋਂ ਵੈਸੇ ਹੀ ਖੋਲਿਆ। ਇਹਨਾਂ ਦੇ ਪੱਲੇ ਛੱਡਿਆ ਕੱਖ ਨਹੀਂ ਤੇ ਹੁਣ ਜਿਹੜਾ ਖੰਡਾ ਖੜਕਾਉਣ ਦੀ ਗੱਲ ਕਰੀ ਜਾਂਦਾ ਉਹ ਖੰਡੇ ਨਾਲ ਕੀ ਖੁੰਡਾ ਜਾਂ ਖੰਡਾ ਇਹਨਾਂ ਕੋਲੇ ਤੇ ਉਹਦੇ ਨਾਲ ਗੱਲ ਇਹ ਸੁਖਵੀਰ ਬਾਦਲ ਦੀ ਲਾਹੂ ਆ ਇਹ ਗੱਲ ਯਾਦ ਰੱਖਣ। ਸੁਖਵੀਰ ਬਾਦਲ ਨੂੰ ਇੱਕ ਗੱਲ ਕੀ ਆ ਸਮਝ ਨਹੀਂ ਪਾਉਗੀ ਵੀ ਉਹ ਜੇ ਕਾਲੀਦਲ ਦਾ ਬਿਰਸਾ ਬਚਾਲੇ ਦਾ ਚੰਗਾ ਰੂਹਾ ਜੇ ਉਹ ਕੀ ਆ ਆਪਦੇ ਵਿਰਸੇ ਨੂੰ ਬਚਾਉਣ ਲੱਗ ਗਿਆ ਨਾ ਬਲਟੋਹੇ ਨੂੰ ਜਿਹੜਾ ਤਾਂ ਪਾਲਤੂ ਆ। ਮੈਂ ਕਹਣਾ ਯਾਰ ਮੈਂ ਕਹਣਾ ਦੁੱਕੀ ਦੇ ਛਲਾਰੂ ਬੰਦੇ ਇਕੱਠੇ ਹੋ ਕੇ ਆਪਦੇ ਆਪ ਨੂੰ ਕੀ ਆ ਸਿੱਖਾਂ ਦੇ ਆਗੂ ਬਣ ਗਏ ਅਸੀਂ ਜਾਣਦੇ ਸਿਮਰਜੀਤ ਸਿੰਘ ਮਾਨਾਰਕੇ ਸਿੱਖਾਂ ਦੇ ਆਗੂ ਬਣੇ ਬੈਠੇ ਆ ਜੇ ਗਿਆਨੀ ਹਰਪ੍ਰੀਤ ਸਿੰਘ ਕਰਕੇ ਮੂਰੇ ਲੱਗ ਕੇ ਮੈਂ ਕਹਣਾ ਐ ਜੀਪੀਸੀ ਇਲੈਕਸ਼ਨ ਦੀ ਅਗਵਾਈ ਕਰਨਗੇ ਤੇ ਮੈਂ ਕਹਣਾ ਜੇ ਇਹੋ ਜਿਹੇ ਕਾਬਲ ਬੰਦਾ ਸਾਡੇ ਕੌਮ ਦੀ ਅਗਵਾਈ ਕਰੇ ਤਾਂ ਸਿੱਖ ਕੌਮ ਨੂੰ ਹੋਰ ਕੀ ਚਾਹੀਦਾ ਬਲਟੋਹੇ ਨੇ ਆਪਦੇ ਆਪ ਨੂੰ ਕਾਲ ਤੱਕ ਤੋਂ ਵੱਡਾ ਦਿਖਾਉਣ ਦੀ ਕੋਸ਼ਿਸ਼ ਕੀਤੀ ਅਸਤੀਫਾ ਦੇ ਕੇ ਉਹ ਕਹਿੰਦਾ ਮੈਂ ਅਸਤੀਫਾ ਦਿੰਦਾ ਪਹਿਲੀ ਗੱਲ ਸ਼ਰਮ ਚਾਹੀਦੀ ਆ ਅਕਾਲੀ ਦਲ ਨੂੰ ਬਲਵਿੰਦਰ ਸਿੰਘ ਭੁੰਨੜ ਨੂੰ ਚਾਹੀਦੀ ਹੈ ਵੀ ਜੇ ਜੋ ਜਥੇਦਾਰ ਸਾਹਿਬ ਨੇ ਹੁਕਮ ਲਾਤਾ ਤਾਂ ਮੈਂ ਕਹਿੰਦਾ ਇੱਕ ਘੰਟੇ ਦੇ ਵਿੱਚ ਵਿੱਚ ਬਿਆਨ ਆ ਜਾਣਾ ਚਾਹੀਦਾ ਸੀ ਅਕਾਲੀ ਦਲ ਵੱਲੋਂ ਕਿ ਇਹ ਬੰਦੇ ਨੂੰ ਅਸੀਂ ਬਰਖਾਸਤ ਕਰਦੇ ਹਾਂ ਬੰਦਾ ਬਲਟੋਹੇ ਨੂੰ ਇੱਕ ਗੱਲ ਕਹਿਣਾ ਵੀ ਕਿਤੇ ਵਹਿਮ ਚ ਹੋਵੇਗਾ ਨਾ ਸੁਖਵੀਰ ਬਾਦਲ ਜੀ ਕੁੜੀ ਦਾ ਵਿਆਹ ਤੇ ਕੁੜੀ ਦਾ ਵਿਆਹ ਕੋਈ ਛੁੱਟਣ ਨਹੀਂ ਲੱਗਿਆ ਸੁਖਵੀਰ ਬਾਦਲ ਜੀ ਠੀਕ ਹੈ ਉਹ ਜਿਹੜਾ ਰਿਸ਼ਤਾ ਹੋਇਆ ਨਾ ਜਾਇਦਾਦਾਂ ਨੂੰ ਹੋਇਆ ਜਿਹੜੀਆਂ ਜਾਇਦਾਦ ਕੌਮ ਦੇ ਸਿਰ ਤੋਂ ਬਣਾਈਆਂ ਨੇ 50-50 ਹਜ਼ਾਰ ਕਰੋੜ ਦੇ ਜਿਹੜੇ ਮਾਲਕ ਬਣੇ ਹੋਏ ਆ ਤੇ ਵਿਵਾਦ ਕਾਫੀ ਵੱਡਾ ਬਣ ਗਿਆ ਵਿਵਾਦ ਹੈ ਵਿਰਸਾ ਸਿੰਘ ਵਲਟੋਹਾ ਤੇ ਜਥੇਦਾਰ ਸਾਹਿਬ ਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਪਹਿਲਾਂ ਇਹ ਵਿਵਾਦ ਚੱਲਿਆ ਜਥੇਦਾਰ ਅਕਾਲ ਤਖਸ ਜਥੇਦਾਰ ਅਖਬੀਰ ਸਿੰਘ ਜੀ ਤੋਂ ਉਹਨਾਂ ਨੇ 10 ਸਾਲ ਦੀ ਸਜਾ ਲਈ ਦਸਾਲੀ ਪਾਰਟੀ ਚ ਕੱਢਣ ਲਈ ਹੁਕਮ ਦੇ ਦਿੱਤਾ ਸ਼੍ਰੋਮਣੀ ਅਕਾਲੀ ਦਲ ਚ ਕੱਢਣ ਲਈ ਹੁਕਮ ਦੇ ਦਿੱਤਾ ਵਿਰਸਾ ਸਿੰਘ ਵਲਟੋਹਾ ਨੂੰ ਉਸ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਬੋਲੇ ਤਾਂ ਗਿਆਨੀ ਹਰਪ੍ਰੀਤ ਸਿੰਘ ਨਾਰਾਜ਼ ਹੋ ਗਏ ਕਿ ਉਹਨਾਂ ਨੇ ਮੇਰੇ ਤੇ ਨਿੱਜੀ ਹਮਲਾ ਕੀਤਾ ਮੇਰੇ ਪਰਿਵਾਰ ਤੇ ਮੇਰੀ ਜਾਤ ਤੇ ਤਾਂ ਉਹਨਾਂ ਨੇ ਆਪਣਾ ਅਸਤੀਫਾ ਪੇਸ਼ ਦਿੱਤਾ ਅਸਤੀਫਾ ਪ੍ਰਵਾਨ ਨਹੀਂ ਕੀਤਾ ਗਿਆ ਪਰ ਮਾਮਲਾ ਪੂਰੇ ਵੱਡੇ ਪੱਧਰ ਤੇ ਫੈਲ ਗਿਆ ਹੁਣ ਇਸ ਤੇ ਗੱਲਬਾਤ ਕਰਾਂਗੇ ਕਿ ਅਸਲ ਚ ਮਾਮਲਾ ਹੈ ਕਿ ਗਾ ਕਹਾਣੀ ਜਾ ਕਿਦ ਨੂੰ ਰਹੀ ਹੈ ਕੌਣ ਸਹੀ ਹੈ ਕੌਣ ਗਲਤ ਹੈ ਕੌਮ ਦੇ ਜਥੇਦਾਰਾਂ ਤੇ ਇਸ ਤਰੀਕੇ ਦੇ ਨਾਲ ਜਿਹੜੀਆਂ ਗੱਲਾਂ ਹੋ ਰਹੀਆਂ ਉਹ ਕੀ ਰੰਗਤ ਦੇਣੀਆਂ ਕੀ ਸਿੱਖ ਧਰਮ ਦੇ ਉੱਤੇ ਜਾਂ ਖਾਸ ਕਰਕੇ ਸਿੱਖ ਸਮਾਜ ਦੀ ਗੱਲ ਕਰ ਲਈਏ ਇਹਨੂੰ ਸੱਟਾਂ ਵੱਜ ਰਹੀਆਂ ਹਨ ਇਹਨਾਂ ਚੀਜ਼ਾਂ ਦੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਬਾਈ ਰੁਪਿੰਦਰ ਨੇ ਬਾਈ ਸਤਿ ਸ਼੍ਰੀ ਅਕਾਲ ਲੋਕਵਾਜ ਦੇਖਣ ਵਾਲੇ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਈ ਕਿਵੇਂ ਦੇਖਦੇ ਹੋ ਆ ਵਵਾ ਚੱਲਦਾ ਹੈ ਵਰਸਾ ਸਿੰਘ ਬਲਟੋਹਾ ਪਹਿਲਾਂ ਇਹ ਕਹਿੰਦੇ ਆ ਕਿ ਸੁਖਬੀਰ ਸਿੰਘ ਬਾਲ ਦੀ ਬੇਟੀ ਦਾ ਵਿਆਹ ਹੈ ਉਹਨਾਂ ਨੂੰ ਜਿਹੜਾ ਕੁਝ ਵੀ ਕਰਨਾ ਕਰੋ ਤੇ ਤਾਂ ਕਿ ਉਹ ਜਿਹੜੀ ਤਨਖਾਹੀ ਆ ਤੁਸੀਂ ਲਾ ਕੇ ਰੱਖੀ ਬੈਠੇ ਹੋ ਜਾਂ ਸਜ਼ਾ ਦੇ ਨਹੀਂ ਰਹੇ ਵਾਦ ਵਾਦਾ ਵਾਦਾ ਹੈ ਕਿ ਉਹ ਪਤਾ ਲੈਣ ਜਾਂਦੇ ਆ ਜਥੇਦਾਰ ਸਾਹਿਬ ਦਾ ਉੱਥੇ ਵੀ ਉਹ ਕਹਿੰਦੇ ਧਮਕੀਆਂ ਦੇ ਆਉਂਦੇ ਆ ਇਹ ਸਾਰੀ ਘਟਨਾ ਤੋਂ ਬਾਅਦ ਉਹਨਾਂ ਨੂੰ 10 ਸਾਲ ਹੀ ਕੱਟ ਦਿੱਤਾ ਜਾਂਦਾ ਸਾਰਾ ਕੁਝ ਜਿਹੜਾ ਸਰਕਲ ਚੱਲ ਰਿਹਾ ਹੈ ਜੜ ਕਿੱਥੇ ਆ ਘਟਨਾ ਦਾ ਸ਼ੁਰੂਆਤ ਕਿੱਥੋਂ ਹੁੰਦੀ ਹੈ ਕੀ ਚੀਜ਼ ਹੈ ਇਹ ਬਣ ਕੀ ਰਿਹਾ ਹੈ ਬਣਤਾ ਬਈ ਇਹ ਰਿਹਾ ਜਿਵੇਂ ਤੁਸੀਂ ਮਨਿੰਦਰ ਗੱਲ ਕੀਤੀ ਨਾ ਕਿ ਵਿਵਾਦ ਚੱਲਣ ਰਿਹਾ ਚਲਾਇਆ ਜਾ ਰਿਹਾ ਤੇ ਜਿਵੇਂ ਅਸੀਂ ਗੱਲ ਕਰਦੇ ਆ ਨਾ ਵੀ ਇਹ ਰਿੜਕਨ ਨੂੰ ਫਿਰਦੇ ਆ ਸਾਰੇ ਮੱਛਲਿਆਂ ਉਧਰ ਰਿੜਕ ਕੇ ਕੀ ਆ ਮੱਖਣ ਭਾਲਦੇ ਆ ਪਰ ਹੁਣ ਇਹ ਪਾ ਕੇ ਥੋੜੇ ਪੱਲੇ ਬਚੀ ਕੱਲੀ ਲੱਸੀ ਆ ਹੁਣ ਜਿਹੜਾ ਰਿੜਕ ਕੇ ਕੱਢਣ ਨੂੰ ਫਿਰਦੇ ਆ ਹੁਣ ਰੌਲਾ ਤਾਂ ਇਹ ਆ ਵੀ ਜਿਹੜਾ ਅਕਾਲ ਤਖਤ ਦੇ ਜਥੇਦਾਰ ਨੂੰ ਮੈਂ ਤਾਂ ਲੋਕਾਂ ਨੂੰ ਇੱਕ ਬੇਨਤੀ ਕਰਦਾ ਯਾਰ ਅੱਜ ਜੇ ਸਾਡੇ ਕੋਲੇ ਸਭ ਤੋਂ ਕੀ ਹੈ ਸੁਪਰੀਮ ਆਕੇ ਜੇ ਕੋਈ ਹੈ ਸਿੱਖ ਕੌਮ ਦੇ ਕੋਲੇ ਤਾਂ ਉਹ ਅਕਾਲ ਤਖਤ ਦਾ ਜਥੇਦਾਰ ਆ ਜਾਂ ਸਾਡੇ ਮਾਕੇ ਜਿਹੜੇ ਗੁਰੂ ਘਰ ਹੈਗੇ ਆ ਇਹਨਾਂ ਦੇ ਜਿਹੜੇ ਪੰਜ ਆਪਣੇ ਤਖਤ ਨੇ ਇਹਨਾਂ ਦੇ ਜਥੇਦਾਰ ਨੇ ਤੇ ਇਹਨਾਂ ਜਥੇਦਾਰਾਂ ਨੂੰ ਬੰਦਾ ਕੀ ਧਮਕਾ ਰਿਹਾ ਤੇ ਧਮਕਾ ਹੋ ਰਿਹਾ ਜਿਹੜਾ ਬੰਦਾ ਕੀ ਅਸੀਂ ਸਾਰੇ ਜਾਣਦੇ ਆ ਕਿ ਕੌਲੀ ਚੱਟ ਹੈਗਾ ਮੈਂ ਤਾਂ ਕੀ ਉਹਨੂੰ ਕਹਣਾ ਕੰਗਨਾਰ ਰਣੌਤ ਆ ਜਿਵੇਂ ਭਾਜਪੀ ਦੀ ਕੰਗਨਾਰ ਰਣੌਤ ਆ ਨਾ ਉਹ ਬੋਲੀ ਬੋਲਦੀ ਨਹੀਂ ਬੁਲਾਈ ਜਾਂਦੀ ਆ ਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਜਾਣ ਪੁੱਝ ਕੇ ਕੀ ਟੱਚ ਕਰਵਾਇਆ ਜਾਂਦਾ ਉਸੇ ਤਰੀਕੇ ਨਾਲ ਕੀ ਆ ਜਿਹੜਾ ਇਹ ਆਪਣਾ ਬਲਟੋਹਾ ਇਹ ਵੀ ਬਾਈ ਨਾਲ ਅਕਾਲੀ ਦਲ ਦੀ ਕੰਗੰਣਾ ਰਣੌਤੀ ਹੈਗੀ ਆ ਇਹ ਜਾਣ ਬੁੱਝ ਕੇ ਮਸਲੇ ਨੂੰ ਪੜਕਾਉਂਦੀ ਆ ਠੀਕ ਹੈ ਪੜਕਾਉਣ ਤੋਂ ਬਾਅਦ ਕੀ ਆ ਉਹਦੇ ਵਿੱਚੋਂ ਫਿਰ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕੁਛ ਨਾ ਕੁਛ ਕੱਢਿਆ ਜਾਵੇ ਹੁਣ ਇਹ ਜੋ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੁਖਵੀਰ ਬਾਦਲ ਦੀ ਮਾਫੀ ਪਰ ਸੁਖਵੀਰ ਬਾਦਲ ਦੀ ਮਾਫੀ ਬਾਈ ਐ ਹੁੰਦੀ ਨਹੀਂ ਇਸੇ ਕਾਰਨ ਨੂੰ ਸਿੰਘ ਸਾਹਿਬ ਪਹਿਲਾਂ ਸਮਝ ਗਏ ਹੁਣ ਸਿੰਘ ਸਾਹਿਬ ਨੂੰ ਇੱਕ ਗੱਲ ਪਤਾ ਲੱਗੀ ਵੀ ਜੇ ਅਸੀਂ ਸੁਖਵੀਰ ਨੂੰ ਥੋੜੀ ਮੋਟੀ ਸਜ਼ਾ ਲਾ ਕੇ ਖੜਾ ਛੱਡਦੇ ਹਾਂ ਨਾ ਤਾਂ ਲੋਕਾਂ ਨੇ ਕੀ ਐਤ ਕੀ ਬਖਸ਼ਣਾ ਨਹੀਂ ਕਿਉਂਕਿ ਲੋਕਾਂ ਨੇ ਪਹਿਲਾਂ ਜਿਹੜੇ ਤਮਾਸ਼ੇ ਦੇਖ ਲਏ ਉਹ ਤਮਾਸ਼ੇ ਕਰਵਾਏ ਗਏ ਸੀ ਕੀਤੇ ਨਹੀਂ ਗਏ ਸੀ ਇਹਨਾਂ ਚੋਂ بڑے ਬੰਦੇ ਵਿੱਚ ਸ਼ਾਮਲ ਸੀ ਪਰ ਹੁਣ ਮੈਂ ਕਹਣਾ ਵੀ ਕਿਹੜੀ ਹੈ ਜਥੇਦਾਰ ਜੇ ਅੱਜ ਦੇਖਿਆ ਜਾਵੇ ਤਾਂ ਰੀੜ ਦੀ ਹੱਡੀ ਵਾਲਾ ਜੇ ਕੋਈ ਸੀ ਕਹਿ ਸਕਦੇ ਆ ਬੰਦਾ ਹੈਗਾ ਤਾਂ ਉਹ ਕੀ ਮੈਂ ਕਹਣਾ ਦੰਦਮਾਨ ਸਾਹਿਬ ਤੇ ਜਥੇਦਾਰ ਹਰਪ੍ਰੀਤ ਸਿੰਘ ਆ ਉਹ ਅੱਜ ਦੀ ਸੀ ਕਹਿ ਸਕਦੇ ਇਹ ਤਾਂ ਅੱਜ ਗੱਲਾਂ ਕਰਦਾ ਯਾਰ ਮੈਂ ਕਿ ਬਲਟੋਹੇ ਨੂੰ ਸ਼ਰਮ ਨਹੀਂ ਆਉਂਦੀ ਬਲਟੋਹਾ ਇੱਕ ਗੱਲ ਕਹਿੰਦਾ ਕਹਿੰਦਾ ਵੀ ਆਰਐਸਐਸ ਤੇ ਬੀਜੇਪੀ ਦਾ ਬੰਦਾ ਇਹ ਮੈਂ ਕਹਣਾ ਇਹ ਉਹੀ ਬੰਦਾ ਜਿਹੜਾ ਜਨਵਰੀ 2022 ਦੇ ਵਿੱਚ ਇਲੈਕਸ਼ਨ ਤੋਂ ਪਹਿਲਾਂ ਇੱਕ ਕੱਟ ਕੀਤਾ ਜਾਂਦਾ ਉੱਥੇ ਅਮਰਸਰ ਦੇ ਵਿੱਚ ਜਿੱਥੇ ਕੱਲਾ ਬੰਦਾ ਲੜਕਰਕੇ ਬੋ ਪਰ ਰੌਲਾ ਕੀ ਆ ਵੀ ਇਹ ਬੰਦੇ ਹੁਣ ਸੱਚਾਈ ਤੇ ਜਿੱਥੇ ਆ ਕੇ ਖੜੇ ਆ ਠੀਕ ਹੈ ਨਾ ਸਾਡੇ ਸਿੰਘ ਸਾਹਿਬ ਲਾ ਲੋ ਮੈਂ ਕਹਿੰਦਾ ਪਹਿਲੀ ਗੱਲ ਤਾਂ ਸਿੱਖ ਕੌਮ ਨੂੰ ਇਸ ਗੱਲ ਤੇ ਕੀ ਆ ਲਾਹਨਤ ਬਣਦੀ ਆ ਉਹਨਾਂ ਵਿਦਵਾਨਾਂ ਨੂੰ ਜਿਹੜੇ ਆਪਦੇ ਆਪ ਨੂੰ ਕੀ ਆ ਸਿੱਖ ਕੌਮ ਦੇ ਹਮੇਤੀ ਕਹੋਂਦਾ ਵੀ ਉਹ ਚੁੱਪ ਨੇ ਯਾਰ ਇਸ ਮੁੱਦੇ ਤੇ ਸਭ ਤੋਂ ਵੱਧ ਕੀ ਆ ਮੈਂ ਕਹਿੰਦਾ ਜ ਸਿੰਘ ਸਾਹਿਬ ਨੂੰ ਵੈਸੇ ਸਾਡੀ ਲੋੜ ਸਿੰਘ ਸਾਹਿਬ ਨੂੰ ਨਹੀਂ ਹੈ ਸਾਨੂੰ ਸਿੰਘ ਸਾਹਿਬ ਦੀ ਕੀ ਆ ਦੇਸ਼ ਦੀ ਲੋੜ ਹੈਗੀ ਆ ਜਿਹੜਾ ਉਹ ਦੇਸ਼ ਦੇਣਗੇ ਹੁਣ ਰੌਲਾ ਤਾਂ ਕੀ ਆ ਵੀ ਜਿਹੜਾ ਚੱਲ ਰਿਹਾ ਹੁਣ ਉਹਦੇ ਬਿਆਨ ਜਿਹੜੇ ਕਰ ਰਿਹਾ ਹੁਣ ਪਰसों ਉਹ ਬਿਆਨ ਦਿੰਦਾ ਸੀ ਵੀ ਜੇ ਸੁਖਵੀਰ ਬਾਦ ਨੂੰ ਸਜ਼ਾ ਲਾਈ ਮੈਂ ਖੰਡਾ ਖੜਕਾਉਂ ਆ ਪਹਿਲੀ ਗੱਲ ਤਾਂ ਲੋਕਾਂ ਨੇ ਖੰਡਾ ਇਹਨੇ ਦੇ ਹੱਥ ਚੋਂ ਵੈਸੇ ਹੀ ਖੋਲਿਆ ਇਹਨਾਂ ਦੇ ਪੱਲੇ ਛੱਡਿਆ ਕੱਖ ਨਹੀਂ ਤੇ ਹੁਣ ਜਿਹੜਾ ਖੰਡਾ ਖੜਕਾਉਣ ਦੀ ਗੱਲ ਕਰੀ ਜਾਂਦਾ ਉਹ ਖੰਡੇ ਨਾਲ ਕੀ ਖੁੰਡਾ ਜਾਂ ਖੰਡਾ ਇਹਨਾਂ ਕੋਲੇ ਤੇ ਉਹਦੇ ਨਾਲ ਗੱਲ ਇਹ ਸੁਖਵੀਰ ਬਾਦਲ ਦੀ ਲਾਹੂ ਆ ਇਹ ਗੱਲ ਯਾਦ ਰੱਖਣ ਤੇ ਸੁਖਵੀਰ ਬਾਦਲ ਨੂੰ ਇੱਕ ਗੱਲ ਕੀ ਆ ਸਮਝ ਨਹੀਂ ਪਾਉਗੀ ਵੀ ਉਹ ਜੇ ਕਾਲੀਦਲ ਦਾ ਵਿਰਸਾ ਵਿਚਾਲੇ ਦਾ ਚੰਗਾ ਰਹੂਗਾ ਜੇ ਉਹ ਕੀ ਆਪਦੇ ਵਿਰਸੇ ਨੂੰ ਬਚਾਉਣ ਲੱਗ ਗਿਆ ਨਾ ਬਲਟੋਹੇ ਨੂੰ ਜਿਹੜਾ ਇਹਦਾ ਪਾਲਤੂ ਆ ਮੈਂ ਕਹਣਾ ਇਹ ਗੱਲ ਯਾਦ ਰੱਖੇ ਵੀ ਇਹਦੇ ਕੀ ਖਮਿਆਜੇ ਨੂੰ ਬਹੁਤ ਦੂਰ ਤੱਕ ਭੋਤਨੇ ਪੈਣਗੇ ਜੜ ਤਾਂ ਇਹਨਾਂ ਦੀ ਬਈ ਹੱਲੀ ਵੀ ਸੀਗੀ ਸੀਗੀ ਤੇ ਹੁਣ ਕੀ ਆ ਲੋਕਾਂ ਨੇ ਪੁੱਠੀ ਕਰ ਦੇਣੀ ਆ ਲੋਕਾਂ ਦਾ ਇੰਨਾ ਕੁ ਰੋਸ ਅੱਜ ਤਲਵੰਡੀ ਸਾਹਿਬ ਉਹਦੇ ਵਿੱਚ ਸਵੇਰ ਤੋਂ ਬਈ ਤਾਂ ਤਾ ਲੱਗਿਆ ਪਿਆ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਮੈਂ ਬੜਾ ਬਈ ਕਲੋਜ਼ ਤੋਂ ਦੇਖਿਆ ਹੋਵੇ ਕਿਉਂਕਿ ਮੇਰੇ ਕੋਲੇ ਘਰ ਵੀ ਆਇਆ ਉਹ ਢੂਈ ਦੀ ਪ੍ਰੋਬਲਮ ਸੀ ਮੇਰੇ ਕੋਲੇ ਆ ਕੇ ਉਹਨਾਂ ਨਾਲ ਜਦੋਂ ਵਿਚਾਰ ਹੁੰਦੀ ਸੀ ਤਾਂ ਹੁਣ ਜੇ ਅਸੀਂ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਗੱਲ ਕਰੋਂਗੇ ਤਾਂ ਉਹਨਾਂ ਨਾਲ ਸਭ ਤੋਂ ਵੱਧ ਇੰਟੈਲੈਕਚੁਅਲ ਲੋਕ ਵਰਡ ਦੇ ਜੁੜੇ ਹੋਏ ਆ ਠੀਕ ਹੈ ਕਿਸੇ ਗੱਲ ਦਾ ਕੋਈ ਸਵਾਲ ਕਰੋਂਗੇ ਅੱਜ ਤੱਕ ਤੁਸੀਂ ਕਦੇ ਉਹਨਾਂ ਨਾਲ ਸ਼ਾਇਦ ਇੰਟਰਵਿਊ ਨਾ ਕੀਤੀ ਹੋਵੇ ਪਰ ਜੇ ਤੁਸੀਂ ਇੰਟਰਵਿਊ ਕਰੋਗੇ ਉਹ ਕੀ ਹੈ ਜਿਹੜੀਆਂ ਇਹਨਾਂ ਦੀਆਂ ਪਲੈਨਿੰਗ ਮੈਂ ਕਿ ਪਲਾਨਡ ਇੰਟਰਵਿਊਜ਼ ਹੁੰਦੀਆਂ ਨੇ ਉਹਨਾਂ ਨਾਲ ਖੁੱਲੀ ਇੰਟਰਵਿਊ ਹੁੰਦੇ ਜਿਹੜਾ ਮਰਜ਼ੀ ਸਵਾਲ ਕਰਨ ਕਿਉਂਕਿ ਉਹ ਬੰਦੇ ਕੋਲੇ ਗੁਰਬਾਣੀ ਦੀ ਸਮਝ ਆ ਤੇ ਉਹ ਬੰਦਾ ਇਹ ਜਾਣਦਾ ਹੁਣ ਮਸਲਾ ਇਹ ਆ ਵੀ ਉਹ ਟਾਈਮ ਆਇਆ ਕਿਹੜਾ ਸੁਖਵੀਰ ਬਾਲ ਨੂੰ ਸਜਾਦਾ ਮੈਂ ਤਾਂ ਬਲਟੋਹੇ ਨੂੰ ਇੱਕ ਗੱਲ ਕਹਿਣਾ ਵੀ ਤੇ ਕੁੜੀ ਦਾ ਵਿਆਹ ਕੋਈ ਛੋਟਣ ਨਹੀਂ ਲੱਗਿਆ ਸੁਖਵੀਰ ਬਦਲਦੀ ਕੁੜੀ ਦਾ ਠੀਕ ਹੈ ਉਹ ਜਿਹੜਾ ਰਿਸ਼ਤਾ ਹੋਇਆ ਨਾ ਜਾਇਦਾਦਾਂ ਨੂੰ ਹੋਇਆ ਜਿਹੜੀਆਂ ਜਾਇਦਾਦ ਕੌਮ ਦੇ ਸਿਰ ਤੋਂ ਬਣਾਈਆਂ ਨੇ 50-50 ਹਜ਼ਾਰ ਕਰੋੜ ਦੇ ਜਿਹੜੇ ਮਾਲਕ ਬਣੇ ਹੋਏ ਆ ਉਹ ਤਾਂ ਹੋ ਹੀ ਜਾਣੇ ਆ ਮਸਲਾ ਤਾਂ ਇਹ ਆ ਵੀ ਲੋਕਾਂ ਦੇ ਵਿੱਚ ਜਾਣ ਦੀ ਢੋਈ ਨਹੀਂ ਮਿਲਦੀ ਆਪਾਂ ਜਿਵੇਂ ਗੱਲ ਕਰਦੇ ਆ ਮਨਿੰਦਰ ਬਾਈ ਕਿਸੇ ਬੰਦੇ ਜੇਲ੍ਹ ਦੇ ਵਿੱਚ ਹੁੰਦਾ ਨਾ ਜਿੰਨਾ ਚਿਰ ਉਹਨੂੰ ਸਜ਼ਾ ਨਹੀਂ ਸੁਣਾਈ ਜਾਂਦੀ ਉਹਨਾਂ ਚਿਰ ਕੀ ਉਹਨੂੰ ਪੇਰੋਲ ਵੀ ਨਹੀਂ ਮਿਲਦੀ ਉਹ ਜੇਲ੍ਹ 'ਚ ਹੀ ਰੱਖਿਆ ਜਾਂਦਾ ਜਿਹੜਾ ਕੋਈ ਸੰਗੀਨ ਗ੍ਰਾਹ ਕੀਤਾ ਹੁੰਦਾ ਸਰਸੇਵਾਲ ਦਾ ਲਾ ਲਓ ਸਰਸੇਵਾਲ ਨੂੰ ਜਿੱਦੇ ਸਜ਼ਾ ਅਸੀਂ ਸਾਰੇ ਜਾਣਦੇ ਨੂੰ ਤਨਖਾਹੀਆ ਕਰਾਰ ਦਿੱਤਾ ਮਤਲਬ ਕਿ ਇਹ ਸਾਰਾ ਕੁਝ ਹੋ ਗਿਆ ਕੇਸ ਮਾ ਕੇ ਬਣ ਗਿਆ ਪਰ ਇਹ ਸਜ਼ਾ ਨਹੀਂ ਲੱਗੀ ਜਿਹੜਾ ਇਹ ਗੈਪ ਆ ਨਾ ਚੱਲਣਾ ਬਹੁਤ ਔਖਾ ਨਾ ਤਾਂ ਲੋਕਾਂ ਦੇ ਜਾਣ ਜੋਗਾ ਸੁਖਵੀਰ ਬਾਦਲ ਉੱਤੋਂ ਕੀ ਇਹ ਇਲੈਕਸ਼ਨ ਆਈ ਖੜੀ ਆ ਇਸੇ ਕਰਕੇ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਸਿੰਘ ਸਾਹਿਬ ਇਹ ਗੱਲ ਸਮਝੀ ਖੜੇ ਆ ਵੀ ਜੇ ਅਸੀਂ ਐਤ ਕਿ ਲੋਕਾਂ ਦੇ ਸੈਂਟੀਮੈਂਟ ਦੇ ਅਕੋਰਡਿੰਗ ਕੋਈ ਸਜ਼ਾ ਨਾ ਲਾ ਸਕੀ ਸੁਖਵੀਰ ਬਾਦਲ ਨੂੰ ਤਾਂ ਫਿਰ ਲੋਕਾਂ ਨੇ ਸਾਨੂੰ ਬਖਸ਼ਣਾ ਨਹੀਂ ਲੋਕਾਂ ਦੇ ਜਿਹੜੇ ਕਮੈਂਟ ਆ ਰਹੇ ਆ ਹੁਣ ਮੈਂ ਕਹਿੰਦਾ ਵੀ ਕੱਲਾ ਬਲਟੋਹਾ ਕੀ ਉਹਨਾਂ ਨੂੰ ਕਹਿੰਦੇ ਧਮਕਾ ਰਹੇ ਉਹਨਾਂ ਦੀ ਕਰਦਾਰਕੁਸ਼ੀ ਕਰ ਰਿਹਾ ਮੈਂ ਹਰਪ੍ਰੀਤ ਸਿੰਘ ਜੀ ਨੂੰ ਵੀ ਬੇਨਤੀ ਕਰਦਾ ਜਥੇਦਾਰ ਸਾਹਿਬ ਨੂੰ ਕਿ ਕੀ ਇਹ ਬਲਟੋਹਾ ਯਾਰਾਂ ਦੇ ਜੇ ਭੌਂਕਨ ਨਾਲ ਇੱਕ ਸਾਡਾ ਸਿੰਘ ਸਾਹਿਬ ਕੀ ਇਹ ਪਿੱਛੇ ਹਟ ਜਾਂਦਾ ਕਰਦਾਰਕੁਸ਼ੀ ਦੀ ਗੱਲ ਕਰਦੇ ਆ ਪਹਿਲੀ ਗੱਲ ਤਾਂ ਲੋਕ ਹੀ ਲਾਹਣ ਤਾਂ ਇੰਨੀਆਂ ਪਾ ਰਹੇ ਆ ਰਾਤ ਵੀ ਮੈਂ ਤੇ ਗੱਲ ਕੀਤੀ ਸੀ ਬਾਈ ਲਗਭਗ ਕੀ ਆ ਉਹਦੇ ਤੇ 2000 ਤੋਂ ਉੱਤੇ ਬੰਦਿਆਂ ਨੇ ਗਾਲ੍ਹਾਂ ਹੀ ਕੱਢੀਆਂ ਨੇ ਇੱਕ ਬੰਦੇ ਨੇ ਵੀ ਇਹਦੇ ਪੱਖ ਦੇ ਵਿੱਚ ਨਹੀਂ ਲਿਖਿਆ ਅਸੀਂ ਸਾਰੇ ਕੀ ਇਹਦੇ ਕਿਰਦਾਰ ਨੂੰ ਲੋਕ ਚੰਗੀ ਤਰ੍ਹਾਂ ਜਾਣਦੇ ਆ ਬਲਟੋਹੇ ਦੇ ਨੂੰ ਵੀ ਇਹਨੇ ਕੀ ਕੁਝ ਕੀਤਾ ਹਰੇਕ ਕਹੀ ਜਾਂਦਾ ਹਨ ਪੂਲੇ ਨਿੰਗਨ ਵਾਲੀ ਦੀ ਕੀ ਸਾਂਝ ਰਹੀ ਉਹ ਵੀ ਲੋਕਾਂ ਨੇ ਦੱਸੀ ਜਾਂਦੇ ਆ ਆਪਾਂ ਨੂੰ ਤਾਂ ਬਹੁਤਾ ਪਤਾ ਵੀ ਨਹੀਂ ਪਰ ਉਹ ਸਾਰੇ ਲੋਕ ਜਾਣਦੇ ਆ ਇਹਦੇ ਕਿਰਦਾਰ ਨੂੰ ਜਾਣਦੇ ਆ ਉਹਦੇ ਬਾਅਦ ਇਹ ਸਿੰਘ ਸਾਹਿਬ ਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਸੀ ਅਸਤੀਫਾ ਦੇਣ ਦੀ ਲੋੜ ਨਹੀਂ ਸੀ ਤੇ ਦੂਜੀ ਗੱਲ ਮਨਿੰਦਰ ਜਿਹੜੀ ਬਾਈ ਨਾ ਅਸਤੀਫਿਆਂ ਦੀ ਖੇਡ ਖੇਢੀ ਜਾ ਰਹੀ ਆ ਇਸ ਅਸਤੀਫਿਆਂ ਦੀ ਖੇਡ ਬਾਰੇ ਨਾ ਮੈਂ ਇੱਕ ਪਹਿਲਾਂ ਵੀ ਦੱਸ ਦਿੰਨਾ ਇੱਕ ਬੜਾ ਮਾਕੇ ਬੰਦਾ ਸੀਗਾ ਬੜਾ ਰਨਾਉਂਡ ਬੰਦਾ ਸੀ ਜਿਹੜੇ ਬੰਦੇ ਦੀਆਂ ਨਾ ਅਸ਼ਲੀਲ ਵੀਡੀਓਜ਼ ਵਾਇਰਲ ਹੋਈਆਂ ਸੀ ਉਹ ਅਸ਼ਲੀਲ ਵੀਡੀਓਜ਼ ਵਾਇਰਲ ਹੋ ਜਾਂਦੀਆਂ 77 ਰੈਂਕ ਦਾ ਬੰਦਾ ਸੀਗਾ ਐਸਜੀਪੀਸੀ ਦੇ ਵਿੱਚ ਪਰ ਕੀ ਅਵਤਾਰ ਸਿੰਘ ਮੱਕੜ ਦੇ ਨੇੜੇ ਸੀ ਤਾਂ ਅਵਤਾਰ ਸਿੰਘ ਮੱਕੜ ਨੇ ਦੇਖਾ ਕਿ ਤੇਰੀ ਬਦਨਾਮੀ ਹੁਣ ਤੈਨੂੰ ਕੀ ਆ ਸਾਨੂੰ ਡਿਸਮਿਸ ਕਰਨਾ ਪੂਨੋ ਅਸਤੀਫਾ ਲੈ ਲਿਆ ਉਹਦੇ ਤੋਂ ਉਹਨੇ ਦੇਤਾ ਅਸਤੀਫਾ ਤੇ ਅਸਤੀਫਾ ਪ੍ਰਵਾਨਤਾ ਕਰ ਲਿਆ ਪਰ ਜਦੋਂ ਲੋਕਾਂ ਦੇ ਵਿੱਚੋਂ ਚਰਚਾ ਛਿੜਨ ਲੱਗੀ ਲੋਕਾਂ 'ਚ ਪੋਸਟ ਵਾਇਰਲ ਹੋ ਗਈ ਤਾਂ ਜਿਹੜੇ ਹੋਰ ਬਾਕੀ ਕਮੇਟੀ ਮੈਂਬਰ ਸੀਗੇ ਜਿਹੜੇ ਕੋਰ ਕਮੇਟੀ ਮੈਂਬਰ ਸੀ ਉਹਨਾਂ ਨੇ ਫਿਰ ਜਦੋਂ ਮੀਟਿੰਗ ਦੇ ਵਿੱਚ ਇਕੱਠੇ ਹੋਏ ਉਹ ਕਹਿੰਦੇ ਵੀ ਇਹ ਬੰਦੇ ਦਾ ਅਸਤੀਫਾ ਤੁਸੀਂ ਰੱਦ ਕਰੋ ਇਹ ਬੰਦੇ ਨੂੰ ਕੀ ਬਰਖਾਸਤ ਕਰੋ ਜਲੀਲ ਕਰਕੇ ਕੱਢੋ ਤੇ ਜਲੀਲ ਕਰਕੇ ਕੱਢਿਆ ਗਿਆ ਸੀ ਪਰ ਉਦੋਂ ਬਾਅਦ ਫੇਰ ਕੀ ਇੱਕ ਹੋਰ ਘਟਨਾ ਵਾਪਰੀ 328 ਰੂਪ ਵਾਲੀ ਉਹ ਚ ਵੀ ਜਿਹੜਾ ਸ਼੍ਰੋਮਣੀ ਕਮੇਟੀ ਦਾ ਸਖਤਰ ਰੈਂਕ ਦਾ ਬੰਦਾ ਸੀ ਉਹ ਬਣ ਅਜ ਕੱਲ ਫੌਰਨ ਬੈਠਾ ਉਹ ਬਣ ਕੇ ਤੋਂ ਅਸਤੀਫਾ ਲੈ ਲਿਆ ਉਹ ਬੰਦਾ ਕੀ ਹੈ ਕਸਟਡੀ ਸੀ ਉਹਦੇ ਕੋਲੇ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਮਾਰੇ ਸਾਰੇ ਸਰੂਪਾਂ ਦੀ ਤੇ ਉਹਦੀ ਕਸਟਡੀ ਦੇ ਵਿੱਚੋਂ ਜਦੋਂ ਸਰੂਪ ਗਾਇਬ ਹੋ ਜਾਂਦੇ ਆ ਉਹ ਐ ਨਹੀਂ ਪਤਾ ਵੀ ਕਿਤੇ ਵੀ ਬੇਅਦਬੀ ਕੀ ਹੈ ਜਿੱਦਾਂ ਹੁੰਦੀ ਆ ਇਹ ਨਹੀਂ ਪਤਾ ਉਹਨਾਂ ਸਰੂਪਾਂ 'ਚੋਂ ਕੋਈ ਸਰੂਪ ਹੋਵੇ ਤਾਂ ਉਹ ਬੰਦਾ ਵੀ ਬਾਹਰ ਨਿਕਲ ਜਾਂਦਾ ਉਹ ਵੀ ਅਸਤੀਫਾ ਦੇ ਜਾਂਦਾ ਪਰ ਉਹਦਾ ਅਸਤੀਫਾ ਪ੍ਰਵਾਨ ਕਰ ਲਿਆ ਜਾਂਦਾ ਹੁਣ ਰੌਲਾ ਇਹ ਆ ਬਈ ਪਹਿਲੀ ਗੱਲ ਤਾਂ ਮੈਂ ਕਹਣਾ ਵੀ ਬਲਟੋਹੇ ਨੇ ਆਪਦੇ ਆਪ ਨੂੰ ਕਾਲ ਤੱਕ ਤੋਂ ਵੱਡਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਅਸਤੀਫਾ ਦੇ ਕੇ ਉਹ ਕਹਿੰਦਾ ਮੈਂ ਅਸਤੀਫਾ ਦਿੰਨਾ ਪਹਿਲੀ ਗੱਲ ਸ਼ਰਮ ਚਾਹੀਦੀ ਹੈ ਅਕਾਲੀ ਦਰ ਨੂੰ ਬਲਵਿੰਦਰ ਸਿੰਘ ਭੁੰਨੜ ਨੂੰ ਤਾਂ ਮੈਂ ਕਹਿੰਨਾ ਇੱਕ ਘੰਟੇ ਦੇ ਵਿੱਚ ਵਿੱਚ ਬਿਆਨ ਆ ਜਾਣਾ ਚਾਹੁੰਦੇ ਸੀ ਅਕਾਲੀ ਦਲ ਵੱਲੋਂ ਕਿ ਇਹ ਬੰਦੇ ਨੂੰ ਅਸੀਂ ਬਰਖਾਸਤ ਕਰਦੇ ਹਾਂ ਪਰ ਉਹਨਾਂ ਨੇ ਪਹਿਲਾਂ ਕੀ ਆ ਪੂਰੀ ਸਕੀਮ ਲਾ ਕੇ ਉਹ ਤੋਂ ਅਸਤੀਫਾ ਲਿਆ ਗਿਆ ਅਸਤੀਫਾ ਲੈਣ ਤੋਂ ਬਾਅਦ ਅਸੀਂ ਸਾਰੇ ਜਾਣਦੇ ਹਾਂ ਕਿ ਉਹ ਅਸਤੀਫੇ ਤੋਂ ਪਹਿਲਾਂ ਵੀ ਜਿਹੜੀਆਂ ਪੋਸਟਾਂ ਬਲਟੋਹੇ ਨੇ ਪਾਈਆਂ ਉਹ ਸ਼੍ਰੋਮਣੀ ਕਾਲ ਦਾ ਆਈਟੀ ਵਿੰਗ ਆ ਜਿਹੜਾ ਉਹ ਵਾਇਰਲ ਕਰ ਰਿਹਾ ਜੀ ਸਾਡੇ ਕਾਲ ਤਖਤ ਦੇ ਜਥੇਦਾਰਾ ਉਤੇ ਅਟੈਕ ਕੌਣ ਕਰ ਰਿਹਾ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ ਜਿਹੜੀ ਸਾਡੀ ਸਿੱਖਾਂ ਦੀ ਨੁਮਾਇੰਦਗੀ ਜਮਾਤਾਂ ਜਿਹੜੀ ਨੇ ਰਾਜ ਭੋਗਿਆ ਠੀਕ ਹੈ ਨਾ ਤੇ ਰਾਜ ਭੋਗਿਆ ਬਾਦ ਉਹ ਬੰਦੇ ਕੀ ਟਾਰਗੇਟ ਕਰ ਰਿਹਾ ਸਾਡੇ ਸਿੰਘ ਸਾਹਿਬ ਨੂੰ ਮੈਂ ਸਿੱਖਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਅੱਜ ਸਿੰਘ ਸਾਹਿਬ ਜੇ ਸਾਡੇ ਮਾਰ ਕੇ ਮਨੋਪਾਵਾ ਦੀ ਤਰਜਮਾਨੀ ਕਰ ਰਹੇ ਆ ਤਾਂ ਪਰ ਸਾਨੂੰ ਠੋਕ ਕੇ ਖੜਨਾ ਚਾਹੀਦਾ ਜਿਹੜਾ ਬੰਦਾ ਇਸ ਮੁੱਦੇ ਤੇ ਨਹੀਂ ਬੋਲਦਾ ਉਹ ਬੰਦੇ ਤੇ ਸਿੱਖ ਹੋਣ ਤੇ ਵੀ ਲਾਣਤਾ ਮੈਂ ਇਹੀ ਗੱਲ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹ ਅਸਤੀਫਾ ਦਿੱਤਾ ਅਸੀਂ ਮੰਗ ਕਰਦੇ ਆ ਲੋਕਧਾਰ ਲਹਿਰ ਵੱਲੋਂ ਇੱਕੋ ਗੱਲ ਕਹਿਨੇ ਆ ਕਿਦਾ ਅਸਤੀਫਾ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਠੀਕ ਹੈ ਨਾ ਰੱਦ ਕਰੇ ਠੀਕ ਹੈ ਨਾ ਉਹਦਾ ਜਿਹੜਾ ਉਹ ਪਹਿਲੀ ਗੱਲ ਕੱਲ ਮਨਜ਼ੂਰ ਕਰ ਲਿਆ ਉਹਦਾ ਅਸਤੀਫਾ ਮਨਜ਼ੂਰ ਕਰਨ ਤੋਂ ਬਾਅਦ ਫਿਰ ਕੀ ਹੈ ਗਿਆਨੀ ਹਰਪ੍ਰੀਤ ਸਿੰਘ ਫਿਰ ਕੀ ਆਪ ਦਾ ਅਸਤੀਫਾ ਦਿੰਦੇ ਆ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਸ਼੍ਰੋਮਣੀ ਅਕਾਲੀ ਦਲ ਕਿਹਾ ਜਿਹੜੇ ਜਲੀਲ ਕਰਨ ਤੇ ਉਤਰਿਆ ਹੋਇਆ ਠੀਕ ਹੈ ਪਹਿਲੀ ਗੱਲ ਉਹਦਾ ਅਸਤੀਫਾ ਜੇ ਉਹਨਾਂ ਨੇ ਮਨਜ਼ੂਰ ਕੀਤਾ ਅਸਲ ਚਾਹੀਦਾ ਕੀ ਸੀ ਉਹ ਬੰਦੇ ਨੂੰ ਕੀ ਹੈ ਬਰਖਾਸਤ ਕਰਨਾ ਬਣਦਾ ਸੀ ਅੱਜ ਵੀ ਮੈਂ ਕਹਿੰਦਾ ਵੀ ਸ਼੍ਰੋਮਣੀ ਅਕਾਲੀ ਦਲ ਆਪਦੀ ਗਲਤੀ ਸਦਾਰੇ ਉਹਦਾ ਅਸਤੀਫਾ ਨਾ ਮਨਜ਼ੂਰ ਕਰੇ ਤੋ ਉਹਨੂੰ ਬਰਖਾਸਤ ਕਰੇ ਆਪਦੀ ਮਾਇਕ ਉਹਦੇ ਵਿੱਚੋਂ ਤੇ ਜੇ ਇਸ ਤਰ੍ਹਾਂ ਨਹੀਂ ਕਰਦਾ ਫਿਰ ਸ਼੍ਰੋਮਣੀ ਅਕਾਲੀ ਦਲ ਅੱਜ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੋਇਆ ਯਾਰ ਮੈਨੂੰ ਤਾਂ ਮੈਂ ਕਹਣਾ ਵੀ ਹਾਸੇ ਆਉਂਦੀ ਆ ਹਰਪ੍ਰੀਤ ਸਿੰਘ ਨੇ ਸਾਰੇ ਕਲੀਅਰ ਕੀਤੇ ਆ ਹੁਣੇ ਬੰਦਾ ਗੱਲ ਕੀ ਕਰਦਾ ਉਹ ਕਹਿੰਦਾ ਜੀ ਇਹਨਾਂ ਦੇ ਸਬੰਧ ਹੈਗੇ ਆ ਮੈਂ ਤੁਹਾਨੂੰ ਇੱਕ ਗੱਲ ਦੱਸਾ ਦਿੰਨਾ ਵੀ ਪੱਗ ਦਾ ਜੁਵੇਇਕਿਸਤਾਨ ਚ ਮਸਲਾ ਹੋਇਆ ਠੀਕ ਹੈ ਸਾਡੇ ਤਲਵੰਡੀ ਸਾਹਿਬ ਉਹਦੇ ਵਿੱਚ ਇੱਕ ਬੰਦੇ ਦਾ ਮਾਕੇ ਬੇਟੇ ਦਾ ਮਾਕੇ ਰੌਲਾ ਸੀ ਉਥੇ ਡਾਕਟਰੀ ਦੀ ਪੜ੍ਹਾਈ ਕਰਦਾ ਸੀਗਾ ਦਾੜੀ ਦਾ ਸੱਚ ਰੌਲਾ ਸੀਗਾ ਦਾੜੀ ਕਟਿੰਗ ਦੇ ਵਿੱਚ ਉਹ ਕਹਿੰਦੇ ਦਾੜੀ ਕਟਿੰਗ ਕਰਵਾਉਣ ਵਾਸਤੇ ਕੰਪੇਅਰ ਕਰ ਰਹੇ ਸੀਗੇ ਉਹ ਕਟੜ ਭਾਵਨਾਵਾਂ ਵਾਲੇ ਸਿੱਖ ਪਰਿਵਾਰ ਹੈਗਾ ਉਹਨਾਂ ਨੇ ਅਪਰੋਚ ਕੀਤੀ ਫੜਾ ਕੋੜਾ ਸਾਥ ਨਹੀਂ ਦਿੱਤਾ ਗਿਆ ਇਹਨਾਂ ਵੱਲੋਂ ਪਰ ਅਖੀਰ ਨੂੰ ਨੂੰ ਕੀ ਹੈ ਜੈ ਸ਼ੰਕਰ ਨੂੰ ਵਿੱਚ ਪਾਉਣਾ ਪਿਆ ਜਿਹੜਾ ਸਾਡਾ ਵਿਦੇਸ਼ ਮੰਤਰੀ ਆ ਉਹਦੇ ਵਿੱਚ ਇੰਟਰਫੇਅਰ ਕੀਤਾ ਉਦੋਂ ਬਾਅਦ ਫਿਰ ਕੀ ਉਹਨੇ ਰਿਟਰਨ ਦੇ ਵਿੱਚ ਕੀ ਉਸ ਯੂਨੀਵਰਸਿਟੀ ਨੇ ਮਾਫੀ ਮੰਗੀ ਤਾਂ ਸਾਨੂੰ ਯਾਰ ਫੇਰ ਤੱਕੀ ਹੈ ਸਾਡੇ ਜਿਹੜੇ ਸੈਂਟਰ ਦੀਆਂ ਸਰਕਾਰਾਂ ਤਾਕਤਾਂ ਹੈਗੀਆਂ ਉਹ ਸਾਰੀਆਂ ਜੇ ਸਾਡੇ ਕੋਲੇ ਆਉਂਦੀਆਂ ਨੇ ਅਮਿਤ ਸ਼ਾਹ ਚੱਲ ਕੇ ਆਇਆ ਅੱਗੇ ਜਿਵੇਂ ਅਮਿਤ ਸ਼ਾਹ ਨਾਲ ਮੀਟਿੰਗ ਕੀਤੀ ਆ ਭਾਈ ਗ੍ਰਹਿ ਮੰਤਰੀ ਆ ਸਾਨੂੰ ਸੌਥਾਂ ਲੋਡ ਪੈਣੀ ਆ ਉਹਦੀ ਸਾਡੇ ਤਖਤ ਤੇ ਆ ਕੇ ਨਤਮਸਤਕ ਹੁੰਦਾ ਸਾਡੇ ਸਿੰਘ ਸਾਹਿਬ ਨੂੰ ਮਿਲਦਾ ਸਾਡੀ ਉੱਚ ਵਡਿਆਈ ਆ ਕਿ ਮਾੜੀ ਗੱਲ ਆ ਹੋਰ ਜਿੰਨੇ ਅਲੀ ਕੱਲੇ-ਕੱਲੇ ਐਲੀਗੇਸ਼ਨ ਜਿਹੜਾ ਕੀ ਇਹ ਬਲਟੋਹਾ ਲਾ ਰਿਹਾ ਹਰੇਕ ਗੱਲ ਦਾ ਉਹਨਾਂ ਨੇ ਕੀ ਆ ਬੜੀ ਬਖੂਬੀ ਦੇ ਨਾਲ ਬੜੀ ਸਾਫ਼ ਕੋਈ ਨਾਲ ਜਵਾਬ ਦਿੱਤਾ ਤੇ ਸਾਡੇ ਕੋਲੇ ਇੱਕੋ ਇੱਕ ਮੈਂ ਕਹਣਾ ਇਹ ਸਿੰਘ ਸਹਿਬਾਨ ਆ ਜੇ ਜੇ ਕਾਬਲੀਅਤ ਹੈ ਨਹੀਂ ਸੀ ਫਿਰ ਉਹਨੂੰ ਦੋ ਤਖਤਾਂ ਦਾ ਜਥੇਦਾਰ ਕਿਉਂ ਰੱਖਿਆ ਗਿਆ ਪਿੱਛੇ ਜੇ ਤੁਹਾਨੂੰ ਸ਼ਾਇਦ ਪਤਾ ਹੋਵੇ ਬਈ ਅਕਾਲ ਤਖਤ ਦੇ ਜਥੇਦਾਰ ਵੀ ਇਹ ਸੀ ਕਾਰਜਕਾਰੀ ਤੇ ਨਾਲ ਦਮਦਮਾ ਸਾਹਿਬ ਦੇ ਜਥੇਦਾਰ ਸੀ ਕਿਉਂਕਿ ਇਹੋ ਇੱਕੋ ਇੱਕ ਬੰਦਾ ਜਿਹੜਾ ਕਿ ਇੰਨੀ ਕੁ ਸਮਝ ਰਿਹਾ ਸੀ ਜਿਹੜਾ ਬੰਦਾ ਕੁਰਾਨ ਦਾ ਲੱਥਾ ਕਰਦਾ ਬਈ ਪੰਜਾਬੀ ਚ ਤੇ ਉਹਦੇ ਵਿੱਚੋਂ ਵੀ ਗੁਰਬਾਣੀ ਦਾ ਭਾਵ ਸਾਰਾ ਕੱਢ ਕੇ ਰੱਖੀ ਆ ਮੂਰੇ ਕਰਕਸ ਰ ਠੀਕ ਹੈ ਵੀ ਸਾਡੀ ਗਰਵਾਣੀ ਤੋਂ ਬਾਹਰਲੀ ਗੱਲ ਕਹੇ ਜੀ ਕੋਈ ਨਹੀਂ ਹੈ ਜਿਹੜੀ ਕਰਾਣ ਦੇ ਵਿੱਚ ਐਕਸਟਰਾ ਕੀਤੀ ਵੀ ਹੋਵੇ ਠੀਕ ਹੈ ਉਹੋ ਜਿਹੇ ਬੰਦੇ ਨੂੰ ਜੇ ਤੁਸੀਂ ਮਾ ਕੇ ਜਲੀਲ ਕਰਕੇ ਕੱਢਣ ਦੀ ਕੋਸ਼ਿਸ਼ ਕਰੋਗੇ ਤੇ ਸਭ ਤੋਂ ਘਟਿਆ ਕਮੀਨਗੀ ਹੈ ਬਿਰਸਾ ਸਿੰਘ ਬਲਟੋਹੇ ਦੀ ਜਿਹੜੀ ਉਹ ਗੱਲ ਕੀਤੇ ਵੀ ਮੇਰੀਆਂ ਕੁੜੀਆਂ ਤੇ ਯਾਰ ਅਟੈਕ ਕਰ ਰਹੇ ਆ ਮੇਰੇ ਪਰਿਵਾਰ ਬਾਰੇ ਗੱਲ ਕਰ ਰਹੇ ਆ ਜੱਥੇਦਾਰ ਰਕਵੀਰ ਸਿੰਘ ਦੇ ਘਰੇ ਜਾ ਕੇ ਠੀਕ ਹੈ ਇਹ ਦੁੱਕੀ ਦਾ ਬੰਦਾ ਬਲਟੋਹਾ ਮੈਂ ਜਿਹੜਾ ਇਹਨਾਂ ਦਾ ਪਾਲਤੂ ਆ ਜਿਹੜਾ ਇਹਨਾਂ ਦਾ ਉਹ ਜਾ ਕੇ ਗੱਲ ਕੀ ਕਰਦਾ ਪਹਿਲੀ ਗੱਲ ਤਾਂ ਰਿਕਾਰਡਿੰਗ ਕਰਦਾ ਬਾਈ اخلاق ਤੋਂ ਗਿੱਡੀ ਗੱਲਾਂ ਕਾਨੂੰਨਨ ਕੀ ਹੈ ਜੁਰਮਾਂ ਤੁਸੀਂ ਕਿ ਉਹਨਾਂ ਦੇ ਘਰੇ ਰਿਕਾਰਡਿੰਗ ਕਰਦਾ ਉਹਨਾਂ ਦੇ ਜਥੇਦਾਰ ਰਘਵੀਰ ਸਿੰਘ ਆਪ ਖੁਦ ਕਹਿ ਰਿਹਾ ਕਿ ਮੈਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ ਆ ਮੈਨੂੰ ਕਿਹਾ ਕਿ ਤੇਰੀ ਪ੍ਰਾਪਰਟੀ ਤੇ ਜਿਹੜੀ ਜਿਹੜੀ ਮਾ ਕੇ ਬੱਚਿਆਂ ਬਾਰੇ ਵੀ ਕਹਿੰਦੇ ਮੇਰੇ ਗੱਲਾਂ ਕੀਤੀਆਂ ਗਈਆਂ ਉਹ ਗੱਲਾਂ ਕਰਦਾ ਮਤਲਬ ਇਹੀ ਆ ਕਿ ਧਮਕਾਇਆ ਗਿਆ ਉਹਨਾਂ ਨੂੰ ਤੇ ਜੇ ਇਹੋ ਜਿਹੇ ਬੰਦੇ ਮਾ ਕੇ ਕੀ ਆ ਸਾਡੇ ਸਭ ਤੋਂ ਸਰਮੌਰ ਤਖਤ ਦੇ ਬੈਠੇ ਸਾਡੇ ਜਥੇਦਾਰਾਂ ਨੂੰ ਬੰਦਾ ਚੈਲੰਜ ਕਰਦਾ ਤੇ ਲੋਕੋ ਤੁਸੀਂ ਚੁੱਪ ਕਰਦੇ ਹੋ ਮੈਂ ਤੁਹਾਨੂੰ ਇੱਕੋ ਗੱਲ ਕਹਿਣਾ ਨਹੀਂ ਕਰ ਸਕਦੇ ਪੋਸਟਾਂ ਇਸ ਮੁੱਦੇ ਦੇ ਉੱਤੇ ਬੋਲਣਾ ਬੰਦਾ ਪਹਿਲੀ ਗੱਲ ਤਾਂ ਨਹੀਂ ਬੋਲ ਸਕਦਾ ਜਿਹੜਾ ਬੋਲਦੇ ਆ ਉਹਦੀ ਗੱਲ ਨੂੰ ਸ਼ੇਅਰ ਜ਼ਰੂਰ ਕਰ ਦਿਓ ਆ ਦੀ ਫੇਸਬੁੱਕ ਆਈਡੀ ਤੋਂ ਤਾਂ ਕਿ ਪਤਾ ਲੱਗ ਜੇ ਕਿ ਥੋੜੀ ਕੀ ਐ ਇਹਦੇ ਵਿੱਚ ਥੋੜੀ ਸਮਝ ਕੀ ਕਹਿੰਦੀ ਆ ਤੇ ਨਹੀਂ ਫਿਰ ਤੁਸੀਂ ਬਲਟੋਹੇ ਪੱਖੀ ਹੋ اچھا ਇੱਕ ਗੱਲ ਹੋਰ ਹੈ ਮਤਲਬ ਤੁਸੀਂ ਇਹ ਗੱਲ ਕਹਿ ਰਹੇ ਹੋ ਤੁਹਾਡੇ ਪਾਸੇ ਇਹ ਵੀ ਇੱਕ ਚਰਚਾ ਹੈ ਕਿ ਆਉਣ ਵਾਲੇ ਸਮੇਂ ਚ ਐਸਜੀਪੀਐਸ ਦੀਆਂ ਚੋਣਾਂ ਹੋ ਸਕਦੀਆਂ ਤੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਅਗਵਾਈ ਕਰ ਸਕਦੇ ਆ ਤੇ ਇਹ ਬੀਜੇਪੀ ਦਾ ਇਸ਼ਾਰਾ ਕਿ ਇਸ ਤਰੀਕੇ ਦੇ ਨਾਲ ਤੋੜਿਆ ਜਾਵੇ ਇਸ ਤਰੀਕੇ ਦੇ ਨਾਲ ਖਤਮ ਕੀਤਾ ਜਾਵੇ ਤਾਂ ਕਿ ਅੱਗੇ ਤੋਂ ਫਿਰ ਸਿੱਧੇ ਰੂਪ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਅੱਗੇ ਲਾ ਕੇ ਚੋਣਾਂ ਲੜੀਆਂ ਜਾਣ ਤੇ ਬੀਜੇਪੀ ਸਿੱਧੇ ਅਜੇ ਪਹਿਲਾਂ ਸਿੱਧੇ ਰੂਪ ਚ ਬਦਲਣਾ ਰਹੀ ਸੀ ਫਿਰ ਸਿੱਧੇ ਰੂਪ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਰਾਹੀਂ ਅੱਗੇ ਆਵੇ ਇਹ ਇਹਦੇ ਤੇ ਤੁਹਾਡਾ ਕੀ ਕਹਿਣਾ ਹੈ ਮਨਿੰਦਰ ਭਾਈ ਦੇਖੋ ਚਰਚਾਵਾਂ ਚੱਲਦੀਆਂ ਰਹਿੰਦੀਆਂ ਨੇ ਪਰ ਮੈਂ ਕਹਣਾ ਵੀ ਬਾਦਲੇ ਦਾ ਸਿੱਧੀ ਕੀ ਜਿਵੇਂ ਕਹਿੰਦੇ ਹੁੰਦੇ ਵੀ ਨੀਕਰ ਨਹੀਂ ਪਾਗੀਆਂ ਵੀ ਅਸੀਂ ਖਾਕੀ ਨੀਕਰਾਂ ਪਾਗੀਆਂ ਵੀ ਸੀ ਇਹਦਾ ਸ਼ਰੇਆਮ ਵੀ ਤਿੰਨ ਵ ਕਿਹਦੇ ਨਾਲ ਅਟੈਚ ਹੋ ਕੇ ਭੋਕੇ ਗਏ ਆ ਇਹੀ ਆਰਐਸਐਸ ਨਾਲ ਇਹੀ ਬੀਜੇਪੀ ਨਾਲ ਅੱਜ ਆਰਐਸਐਸ ਬੀਜੇਪੀ ਜਿਹੜੀ ਹੈਗੀ ਆ ਪੂਰੇ ਮੁਲਕ ਦੇ ਉੱਤੇ ਕੀ ਆ ਕਾਬਜ ਹੋਈ ਪਈ ਆ ਪਰ ਮੈਂ ਕਹਣਾ ਵੀ ਸਿੱਖਾਂ ਦੇ ਸੈਂਟੀਮੈਂਟਸ ਨੂੰ ਬੀਜੇਪੀ ਜਾਣਦੀ ਆ ਇਹ ਵੀ ਜਾਣਦੇ ਆ ਜੇ ਉਹ ਕੀ ਆ ਸਿੱਖ ਚਿਹਰਿਆਂ ਨੂੰ ਕੀ ਆ ਅੱਗੇ ਰੱਖ ਰਹੇ ਆ ਠੀਕ ਹੈ ਨਾ ਸਿੱਖ ਚਿਹਰੇ ਜਿਹੜੇ ਕੀ ਸਾਡੇ ਨੁਮਾਇੰਦਾ ਜਮਾਤ ਹੈਗੀ ਆ ਉਹ ਜੋ ਕਾਬਲ ਬੰਦੇ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਕਰਕੇ ਮੂਹਰੇ ਲੱਗ ਕੇ ਮੈਂ ਕਹਦਾ ਐਜਪੀਸੀ ਇਲੈਕਸ਼ਨ ਦੀ ਅਗਵਾਈ ਕਰਨਗੇ ਯਾਰ ਮੈਂ ਕਹਿੰਦਾ ਦੁੱਕੀ ਦੇ ਛਲਾਰੂ ਬੰਦੇ ਇਕੱਠੇ ਹੋ ਕੇ ਆਪਦੇ ਆਪ ਨੂੰ ਕੀ ਆ ਸਿੱਖਾਂ ਅਸੀਂ ਜਾਣਦੇ ਸਿਮਰਜੀਤ ਸਿੰਘ ਮਾਨਾਰ ਦੇ ਸਿੱਖਾਂ ਦੇ ਆਗੂ ਬਣੇ ਬੈਠੇ ਆ ਪਰ ਤੁਸੀਂ ਜਿਹੜਾ ਬੰਦਾ ਗਿਆਨੀ ਹਰਪ੍ਰੀਤ ਸਿੰਘ ਬਾਰੇ ਜਾਣਦਾ ਕਿਉਂਕਿ ਮੇਰਾ ਕਾਮਨ ਸਰਕਲ ਆ ਜਿਹੜੇ ਕੀ ਆ ਗਿਆਨੀ ਹਰਪ੍ਰੀਤ ਸਿੰਘ ਦੇ ਬੜੇ ক্লোਜ਼ ਬੰਦੇ ਆ ਮੇਰਾ ਜਿਹੜੇ ਵੀ ਕੋਈ ਮਨ ਚ ਸਵਾਲ ਹੁੰਦਾ ਮੈਂ ਉਹਨਾਂ ਰਾਹੀਂ ਕਿ ਗਿਆ ਗੰਨੇ ਹਰਪ੍ਰੀਤ ਸਿੰਘ ਤੋਂ ਹਰ ਗੱਲ ਦਾ ਜਵਾਬ ਮਿਲਿਆ ਮੈਨੂੰ ਤੇ ਮੈਂ ਕਹਿੰਦਾ ਜੇ ਇਹੋ ਜਿਹਾ ਕਾਬਲ ਬੰਦਾ ਸਾਡੇ ਕੌਮ ਦੀ ਗਵਾਹੀ ਕਰੇ ਤਾਂ ਸਿੱਖ ਕੌਮ ਨੂੰ ਹੋਰ ਕੀ ਚਾਹੀਦਾ ਹੁਣ ਕਈ ਲੋਕਾਂ ਨੇ ਅੱਜ ਮੈਨੂੰ ਬਈ ਕਦਾ ਫੋਨ ਆਇਆ ਬੰਦੇ ਦਾ ਉਹ ਕਹਿੰਦਾ ਗਿਆਨੀ ਹਰਪ੍ਰੀਤ ਸਿੰਘ ਦਾ ਤੁਸੀਂ ਪੱਖ ਚ ਪੋਸਟ ਪਾਈ ਆ ਬਈ ਠੀਕ ਮੈਂ ਛੋਟੀ ਜੀ ਗੱਲ ਵੀ ਅੱਜ ਦੱਸ ਦਿੰਨਾ ਸ਼ਾਇਦ ਗਰਸੇਵਕ ਸਿੰਘ ਫੌਜੀ ਕਿਸੇ ਦੇ ਯਾਦ ਹੋਵੇ ਮਲਕੇ ਕੇਸ ਵਾਲਾ ਬੰਦਾ ਬਈ ਕੱਲ ਮਲਕੇ ਕੇਸ ਦੇ ਵਿੱਚ ਬੰਦੇ ਨੂੰ 3 ਸਾਲ ਦੀ ਉਹਨੇ ਸਜ਼ਾ ਵੀ ਕਰਾਈ ਉਹ ਬੰਦਾ ਗਿਆਨੀ ਹਰਪ੍ਰੀਤ ਸਿੰਘ ਕੋਲੇ ਗਿਆ ਵੀ ਸੀ ਤਾਂ ਉਹਨੇ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਨੇ ਕੀਆ ਉਹਨਾਂ ਨੂੰ ਬਾਜਬ ਜਿਹੜਾ ਜਵਾਬ ਦੇਣਾ ਬਣਦਾ ਸੀ ਨਹੀਂ ਦਿੱਤਾ ਸੀ ਉਹਨਾਂ ਨੂੰ ਕੋਰਾ ਜਵਾਬ ਦੇ ਕੇ ਕਿਹਾ ਸੀ ਵੀ ਤੈਨੂੰ ਕੀ ਲੋੜ ਸੀ ਉਹ ਰੋਂਦਾ ਘਰੇ ਵਾਪਸ ਆਇਆ ਪਰ ਉਹ ਕੀ ਆ ਅੜਿਆ ਰਿਹਾ ਬੰਦਾ ਉਹ ਬੰਦਾ ਕੱਲ ਫੇਰ ਕੋਰਟ ਦੇ ਵਿੱਚ ਉਹਨੂੰ ਨੇ ਇੱਕ ਚੈੱਕ ਦਿੱਤਾ ਸੀ ਉਹਨਾਂ ਨੇ ਚੈੱਕ ਦੇਖ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਸੀ ਉਹਨੇ ਉਹਦੇ ਅਗੇਂਸਟ ਵੀ ਫਿਰ ਇੱਕ ਪਰਚਾ ਕਰਾਇਆ ਉਹਦੇ ਵਿੱਚ ਕੱਲ ਇੱਕ ਸਾਲ ਦੀ ਸਜ਼ਾ ਹੋਈ ਆ ਉਹਨਾਂ ਨੂੰ ਉਹੀ ਅਪਰਾਧੀ ਜਿਹੜੇ ਸੀਗੇ ਕੱਲ ਸਜ਼ਾ ਸੁਣਾਈ ਗਈ ਆ ਪਰ ਮੈਂ ਕਹਿੰਦਾ ਵੀ ਗਿਆਨੀ ਹਰਪ੍ਰੀਤ ਸਿੰਘ ਦੇ ਵਿੱਚ ਕਈ ਲੋਕ ਕੀ ਆ ਖਾਮੀਆਂ ਕੱਢਦੇ ਆ ਮੈਂ ਕਹਿੰਦਾ ਬੰਦੇ 'ਚ ਖਾਮੀਆਂ ਹੁੰਦੀਆਂ ਨੇ ਪਰ ਜਦੋਂ ਬੰਦਾ ਕੀ ਆ ਸਾਡੇ ਸਰਮੌਰ ਤਖਤ ਤੇ ਜਾ ਕੇ ਬੈਠ ਗਏ ਸਾਡੇ ਕੀ ਅੱਜ ਅਗਵਾਈ ਕਰਨਾ ਜਮਾਤਾ ਮੈਂ ਕਹਿੰਦਾ ਅਕਾਲੀ ਦਲ ਦੇ ਵਿੱਚ ਬੈਠੇ ਪ੍ਰਧਾਨ ਨੂੰ ਅਸੀਂ ਨਿੰਦ ਸਕਦੇ ਆ ਇਹ ਬਲਟੋਹਾ ਹੁਣ ਗੱਲ ਕੀ ਕਰਦਾ ਸੀ ਨਾ ਬਲਟੋਹਾ ਦੇ ਆਪ ਨੂੰ ਕਹਿੰਦਾ ਵੀ ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾਲੇ ਸੀ ਇਹ ਉਹਨਾਂ ਟਾਈਮਾਂ ਦੇ ਵਿੱਚ ਅਕਾਲ ਤਖਤ ਦੇ ਜਥੇਦਾਰ ਨੂੰ ਸਵਾਲ ਕਰਦੇ ਸੀ ਪਰ ਮੈਂ ਵੀ ਕਰ ਸਕਦਾ ਵੀ ਪਹਿਲੀ ਗੱਲ ਦਾ ਤੂੰ ਸੰਤ ਪਿੰਡ ਵਾਲੀ ਦੀ ਰੀਸ ਕੀ ਕਰੇਗਾ ਉਹਨਾਂ ਨੇ ਸ਼ਹਰਤ ਦਿੱਤੀ ਆ ਤੂੰ ਹੱਥ ਖੜੇ ਕੀਤੇ ਆ ਠੀਕ ਆ ਇਹ ਸਾਰੇ ਲੋਕ ਜਾਣਦੇ ਆ ਲੋਕ ਅਕਸਰ ਮਾ ਕੇ ਫੋਟੋਆਂ ਵੀ ਵਾਇਰਲ ਹੋਈਆਂ ਵੀਆਂ ਨੇ ਦੂਜੀ ਗੱਲ ਇਹ ਆ ਕਿ ਅਕਾਲ ਤਖਤ ਦੇ ਜਥੇਦਾਰਾਂ ਨੂੰ ਸਰਮੌਰ ਸਾਡੇ ਵਾਸਤੇ ਹੈ ਨਹੀਂ ਪਰ ਇਹ ਬਾਦਲ ਕੇ ਲੈਣੇ ਨੇ ਕੀ ਕੀਤਾ ਨਾ ਪਿਛਲੇ ਟਾਈਮ 'ਚ ਬਾਈ ਮੈਨੂੰ ਐਂ ਦੱਸੋ ਵੀ ਤਖਤ ਤੇ ਬੈਠਾ ਬੰਦਾ ਸੁਪਰੀਮ ਹੁੰਦਾ ਪਰ ਸਾਡੇ ਸੁਪਰੀਮ ਕੀ ਆ ਬਾਦਲ ਕਾ ਲਾਣਾ ਐਜੀਪੀਸੀ ਦੇ ਰਾਹੀਂ ਫਿਰ ਕੀ ਆ ਇਹ ਉਥੇ ਆਪਦਾ ਜਥੇਦਾਰ ਥਾਪਦੇ ਆ ਮੈਂ ਇੱਕੋ ਗੱਲ ਕਹਿਣਾ ਪੰਜਾਬੀਆਂ ਨੂੰ ਸਮੂਹ ਪੰਜਾਬੀਆਂ ਨੂੰ ਕਿ ਕਾਲ ਤੱਕ ਦਾ ਜਥੇਦਾਰ ਸਿੱਖ ਕੌਮ ਦੀ ਸੁਪਰੀਮ ਤਾਕਤ ਆ ਅੱਜ ਉਹਦੇ ਤੇ ਸਵਾਲ ਖੜੇ ਕਰ ਰਹੇ ਆ ਉਹ ਬੰਦੇ ਜਿਹੜੇ ਤਨਖਾਹੀਆਂ ਕਰਾਰ ਦਿੱਤੇ ਵੇ ਆ ਤੇ ਉਹ ਤਨਖਾਹੀਆਂ ਕਰਾਰ ਦਿੱਤੇ ਕੀ ਆ ਸਿਰਫ ਆਪਦੀ ਸਜ਼ਾ ਤੋਂ ਬਚਣਾ ਚਾਹੁੰਦੇ ਆ ਹੁਣ ਇੱਕ ਗੱਲ ਯਾਦ ਰੱਖਿਓ ਮੈਂ ਲੋਕਾਂ ਨੂੰ ਰਾਹੀਂ ਇੱਕ ਬੇਨਤੀ ਕਰਦਾ ਸਿੰਘ ਸਾਹਿਬ ਨੂੰ ਇੱਕ ਬੇਨਤੀ ਕਰਦਾ ਕਿ ਬਲਟੋਹੇ ਨੂੰ ਸਜ਼ਾ ਕਾਦੇ ਵਾਸਤੇ ਦਿੱਤੀ ਗਈ ਆ ਸਿਰਫ ਇਹਨਾਂ ਨੇ ਸਿੰਘ ਸਾਹਿਬ ਦੀ ਕੀ ਆ ਮਾਗੇ ਇੱਜ਼ਤ ਮਾਗੇ ਉਸਾਲਣ ਦੀ ਕੋਸ਼ਿਸ਼ ਕੀਤੀ ਆ ਪਰ ਜਿਹੜੇ ਬੰਦੇ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਕੀ ਆ ਮਿੱਟੀ ਪਲੀਤ ਕੀਤੀ ਆ ਗੁਰੂ ਗ੍ਰੰਥ ਸਾਹਿਬ ਨੂੰ ਗਲੀਆਂ ਨਾਲੀਆਂ ਦੇ ਵਿੱਚ ਰੋਲਣ ਦੇ ਜਿਹੜਾ ਬੰਦਾ ਭਾਈ ਬਾਲ ਰਿਹਾ ਜਿਹੜਾ ਬੰਦਾ ਕੀ ਆ ਬੇਅਦਬੀਆਂ ਕਰਵਾਉਣ ਦੇ ਵਿੱਚ ਕੀ ਆ ਜਿਹੜਾ ਸ਼ਾਮਿਲ ਰਿਹਾ ਉਹ ਬੰਦੇ ਨੂੰ ਫਿਰ ਸਜ਼ਾ ਬਲਟੋਹੇ ਨਾਲੋਂ ਸਖਤ ਚਾਹੀਦੀ ਆ ਤੇ ਬਲਟੋਹੇ ਨਾਲੋਂ ਸਖਤ ਜਿਵੇਂ ਉਹਨੂੰ 10 ਸਾਲਾਂ ਵਾਂ ਤੇ ਅਕਾਲੀ ਦਲ ਤੋਂ ਕੱਢਿਆ ਅਕਾਲੀ ਦਲ ਵੀ ਸਰਵਾਈਵ ਹੋ ਜਾਊਗਾ ਇਹੋ ਜਿਹੇ ਬੰਦੇ ਨੂੰ 10 ਸਾਲ ਨਹੀਂ ਮੈਂ ਕਿਹੜਾ ਸੁਖਵੀਰ ਬਾਦਲ ਨੂੰ ਉਮਰ ਭਰ ਵਾਸਤੇ ਅਕਾਲੀ ਦਲ ਦੇ ਵਿੱਚੋਂ ਜੋ ਸੇਕ ਦੇਣ ਇਹੋ ਜਿਹੇ ਬੇਚੀ ਦਾ ਲੋਥਾ ਨੇ ਇਹਨਾਂ ਦੀਆਂ ਲੋਥਾਂ ਨਿਉਹਾਂ ਚ ਦੇਣੀਆਂ ਪੈਣੀਆਂ ਕਾਲੀ ਦਲ ਦੇ ਜੇ ਕਾਲੀ ਦਲ ਨੂੰ ਕਿਹਾ ਜਿਉਂਦਾ ਕਰਨਾ ਤਾਂ ਨੀਹਾਂ ਦੇ ਵਿੱਚ ਇਹੋ ਜਿਹੇ ਬੰਦੇ ਦੇ ਸਿਰ ਦੇ ਕੇ ਠੀਕ ਹੈ ਉਦੋਂ ਬਾਹਰ ਜੇ ਇਮਾਰਤ ਬਲੰਦ ਇਮਾਰਤ ਖੜੀ ਹੋ ਜੇ ਨਾ ਫੇਰ ਕਿਤੇ ਜਾ ਕੇ ਸਿੱਖ ਕੌਮ ਦਾ ਵੀ ਭਲਾ ਹੋਣਾ ਅਕਾਲ ਤਖਤ ਦੇ ਵਿੱਚ ਚੜ੍ਹਦੀ ਕਲਾ ਰਹਿਣੀ ਆ ਤੇ ਸਾਡੇ ਸਭ ਤੋਂ ਵੱਡੀ ਗੱਲ ਸਿੱਖਾਂ ਦੀ ਨੁਮਾਇੰਦਗੀ ਜਮਾਤ ਸ਼ਰੋਮਣੀ ਅਕਾਲੀ ਦਲ ਜਿਹਦਾ ਅਸੀਂ ਸਾਰੇ ਸੁਪਨਾ ਲੈਣਾ ਕਿ ਸਾਡੀ ਕੀ ਆ ਮਾਨਮਤੀ ਪਾਰਟੀ ਹੈ ਅਗਵਾਈ ਕਰੇ ਸਾਡੀ ਇੱਕੋ ਇੱਕ ਪਾਰਟੀ ਜਿਹੜੀ ਪੰਜਾਬ ਨੂੰ ਬਚਾ ਸਕਦੀ ਆ ਅੱਜ ਵੀ ਮੈਂ ਇਹ ਗੱਲ ਕਹਿਣਾ ਪਰ ਉਹ ਬਚੂਗੀ ਤਾਂ ਜੇ ਕਾਬਲ ਬੰਦਿਆਂ ਦਾ ਅਸੀਂ ਸਾਥ ਦੇਵਾਂਗੇ ਜੇ ਅੱਜ ਗਿਆਨੀ ਹਰਪ੍ਰੀਤ ਸਿੰਘ ਅਰਗੇ ਕੋਈ ਸਟੈਂਡ ਲੈਂਦੇ ਆ ਖੜਦੇ ਆ ਮੈਂ ਕਹਿੰਦਾ ਵੀ ਕਿਤੇ ਨਾ ਕਿਤੇ ਉਹਨਾਂ ਨੇ ਮੈਨੂੰ ਕਮਜ਼ੋਰੀ ਲੱਗੀ ਉਹਨਾਂ ਦੀ ਮੈਂ ਤਾਂ ਬੇਨਤੀ ਕਰਦਾ ਇਹ ਚੈਨਲ ਥਰੂ ਵੀ ਜਥੇਦਾਰ ਸਾਹਿਬ ਨੇ ਮੈਂ ਜਥੇਦਾਰ ਸਾਹਿਬ ਬਾਰੇ ਪਹਿਲਾਂ ਵੀ ਕਾਰੀ ਗੱਲ ਕਹਿ ਬੈਠਾ ਸੀ ਮੇਰੇ ਨਾਲ ਦੇ ਬੰਦਿਆਂ ਨੇ ਮੈਨੂੰ ਕੋਈ ਗੱਲ ਕਹੀ ਮੈਂ ਉਦੋਂ ਕਿਹਾ ਸੀ ਵੀ ਕਾਲ ਤਾਂ ਇਹਦਾ ਜਥੇਦਾਰ ਆ ਯਾਰ ਤੇ ਮੈਂ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਦਾ ਜ ਤੇ ਮੈਂ ਕਹਿੰਦਾ ਵੀ ਸਾਡੇ ਜਥੇਦਾਰ ਹੈਗੇ ਆ ਪੰਜਾਬ ਦੇ ਵਿਗੜਦੇ ਹਾਲਾਤ ਨਸ਼ਾ ਸਾਰੇ ਜਿਹੜੇ ਸਮਾਜਿਕ ਹਾਲਾਤ ਨੇ ਇਹਨਾਂ ਤੇ ਕੀ ਆ ਮੈਂ ਕਹਿੰਦਾ ਲਾਹਣਤ ਕਿਉਂ ਨਹੀਂ ਬਣਦੀ ਕੁਰਸੀ ਦੇ ਬੈਠੇ ਮਾ ਕੇ ਜਿਹੜੇ ਰਾਜੇ ਆ ਠੀਕ ਹੈ ਉਦੋਂ ਮੈਂ ਕੀ ਆ ਇੱਕ ਕਵਤਾ ਦੇ ਰੂਪ ਚ ਗੱਲ ਕਹੀ ਸੀ ਪਰ ਮੈਨੂੰ ਟੋਕਿਆ ਗਿਆ ਮੈਂ ਉਹ ਗੱਲ ਕੀ ਆ ਮੰਨੀ ਵੀ ਤੇ ਮੈਂ ਉਹ ਡਿਲੀਟ ਕਰਤੀ ਸੀ ਪੋਸਟ ਵੀ ਠੀਕ ਆ ਯਾਰ ਸਾਡਾ ਜਥੇਦਾਰਾ ਕੌਮ ਦਾ ਉਹਦੇ ਬਾਰੇ ਕੋਈ ਵੀ ਕਿੰਤੂ ਪ੍ਰਾਂਤੂ ਕਰਨਾ ਨਹੀਂ ਬਣਦਾ ਕਿਉਂਕਿ ਅੱਜ ਉਹ ਬੈਠਾ ਕਿੱਥੇ ਆ ਤਾਂ ਉੱਥੇ ਬੈਠੇ ਜਥੇਦਾਰ ਦੇ ਉੱਤੇ ਸਵਾਲ ਕਰਨ ਨਾਲ ਉਹ ਅੱਜ ਸਾਥ ਦੇਣਾ ਬਣਦਾ ਤੇ ਜੇ ਅਸੀਂ ਜਥੇਦ ਤੇ ਸਾਨੂੰ ਜੜ ਬਾਨਾ ਪੈਣਾ ਉਹਨਾਂ ਦਾ ਮੈਂ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਕਿ ਜਥੇਦਾਰ ਸਾਹਿਬ ਦਾ ਇਸ ਮੁੱਦੇ ਤੇ ਸਾਥ ਦੇਣ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ